ਹਾਂਜੀ ਦੋਸਤੋ ਮਾਲਵਾ ਜੋਂਨ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਰਦੇ ਹਾਂ ਜਿੱਦਾਂ ਕਿ ਦੋਸਤੋ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਵੇਗਾ ਕਿ ਮਨਕੀਰਤ ਔਲਖ ਨੂੰ ਹੁਣ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਹਨ ਅਤੇ ਮਨਕੀਰਤ ਔਲਖ ਨੇ ਹੁਣ ਪੰਜਾਬ ਸਰਕਾਰ ਕੋਲੋਂ ਸਿਕਿਉਰਟੀ ਮੰਗੀ ਹੈ ਇਸ ਤਰ੍ਹਾਂ ਤੋਂ ਦੱਸ ਦਈਏ ਦੋਸਤੋ ਕਿ ਅੱਜ ਦਵਿੰਦਰ ਬੰਬੀਹਾ ਗਰੁੱਪ ਨੇ ਵੀ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ ਇਹ ਧਮਕੀ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦਿੱਤੀ ਗਈ ਹੈ ਪਰ ਇਹ ਪੋਸਟ ਉਸ ਤੋਂ ਬਾਅਦ ਡਿਲੀਟ ਵੀ ਕਰ ਦਿੱਤੀ ਗਈ ਹੈ ਉਸ ਪੋਸਟ ਵਿੱਚ ਲਿਖਿਆ ਹੋਇਆ ਸੀ ਕਿ ਮਨਕੀਰਤ ਔਲਖ ਕੀਤੀ ਗਈ ਸੀ ਪਰ ਕੁਝ ਕੁੇ ਮਿੰਟਾਂ ਦਾ ਫਰਕ ਰਹਿ ਗਿਆ ਅਤੇ ਮਨਕੀਰਤ ਔਲਖ ਪਹਿਲਾਂ ਲੰਘ ਗਿਆ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਜੀ ਕਿ ਮਨਕੀਰਤ ਔਲਖ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦਾ ਹੈ ਅਤੇ ਹਥਿਆਰਾਂ ਵਾਲੇ ਗਾਣਿਆਂ ਨੂੰ ਪ੍ਰਮੋਟ ਕਰਦਾ ਹੈ। ਇਸ ਲਈ ਅਸੀਂ ਮਨਕੀਰਤ ਔਲਖ ਨੂੰ ਮਾਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਦੋਸਤੋ ਬੰਬੀਹਾ ਗਰੁੱਪ ਨੇ ਵੀ ਅੱਜ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਗੁਰਨਾਮ ਪੁੱਲਰ ਬਾਰੇ। ਤੁਹਾਨੂੰ ਦੱਸ ਦਈਏ ਦੋਸਤੋ ਕਿ ਗੁਰਨਾਮ ਪੁੱਲਰ ਨੇ ਅੱਜ ਗੈਂਗਸਟਰਾਂ ਨੂੰ ਬੇਨਤੀ ਕੀਤੀ ਹੈ। ਗੁਰਨਾਮ ਪੁੱਲਰ ਨੇ ਗੈਂਗਸਟਰਾਂ ਇਨਸਾਨ ਹਾਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਅਸੀਂ ਗਾਣੇ ਗਾਉਂਦੇ ਹਾਂ ਅਤੇ ਕੰਮ ਕਰਦੇ ਹਾਂ ਅਸੀਂ ਲੜਾਈਆਂ ਨਹੀਂ ਕਰਨੀਆਂ ਕਿਰਪਾ ਕਰਕੇ ਸਾਡੇ ਵਾਲਾ ਵਿਭਾਗ ਤੁਸੀਂ ਛੱਡ ਦਿਓ ਇਸ ਤਰ੍ਹਾਂ ਦੋਸਤੋ ਗੁਰਨਾਮ ਭੁੱਲਰ ਨੇ ਗੈਂਗਸਟਰਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਕਲਾਕਾਰਾਂ ਨੂੰ ਤੁਸੀਂ ਛੱਡ ਦਿਓ ਤੁਹਾਡਾ ਕੀ ਕਹਿਣਾ ਹੈ ਦੋਸਤੋ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ